ਨਾ ਕਾਲ ਵਿੱਚ 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਦਿਨੀ ਮੌਨਸੂਨ ਇਜਲਾਸ ਹੋਣ ਜਾ ਰਿਹਾ ਹੈ। ਜੀ ਹਾਂ, 28 ਅਗਸਤ ਨੂੰ ਇਹ ਇੱਕ ਦਿਨ ਦਾ ਮੌਨਸੂਨ ਇਜਲਾਸ ਹੋਏਗਾ। ਇਸ ਦੀ ਵਜ੍ਹਾ ਇਹ ਹੈ ਕਿ 6 ਮਹੀਨੇ ਦੇ ਅੰਦਰ ਵਿਧਾਨ ਸਭਾ ਦਾ ਇਜਲਾਸ ਬੁਲਾਉਣਾ ਜ਼ਰੂਰੀ ਹੁੰਦਾ ਹੈ ਸੰਵਿਧਾਨ ਦੇ ਮੁਤਾਬਕ। ਇਸੇ ਸੰਵਿਧਾਨਕ ਸ਼ਰਤ ਨੂੰ ਪੂਰਾ ਕਰਨ ਦੇ ਲਈ ਇੱਕ ਦਿਨ ਦਾ ਇਜਲਾਸ 28 ਅਗਸਤ ਨੂੰ ਸੱਦਿਆ ਗਿਆ। ਕੈਬਨਿਟ ਵਿੱਚ ਅੱਜ ਇਹ ਫੈਸਲਾ ਲਿਆ ਗਿਆ। ਸੰਵਿਧਾਨਕ ਸ਼ਰਤ ਮੁਤਾਬਕ 4 ਸਤੰਬਰ ਤੋਂ ਪਹਿਲਾਂ ਇਜਲਾਸ ਸੱਦਣਾ ਜ਼ਰੂਰੀ ਸੀ। ਇੱਕੋ ਦਿਨ ਦੇ ਇਜਲਾਸ ਵਿੱਚ ਹੁਣ ਦੋ ਸਿਟਿੰਗ ਹੋਣਗੀਆਂ, ਦੋ ਬੈਠਕਾਂ ਹੋਣਗੀਆਂ। ਪਹਿਲੀ ਬੈਠਕ ਵਿੱਚ ਵਿਛੜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਅਤੇ ਉਸ ਦਿਨ ਦੀ ਕਾਰਵਾਈ ਖਤਮ ਕੀਤੀ ਜਾਏਗੀ। ਉਸ ਤੋਂ ਬਾਅਦ ਦੂਸਰੀ ਬੈਠਕ ਵਿੱਚ ਵਿਧਾਨਕ ਕਾਰਜ ਹੋਣਗੇ। ਪਹਿਲੇ ਹਿੱਸੇ ਦੀ ਕਾਰਵਾਈ ਖਤਮ ਕਰਕੇ ਦੂਸਰੀ ਵਾਰ ਸਿਟਿੰਗ ਬੁਲਾਈ ਜਾਏਗੀ ਉਸੇ ਦਿਨ, ਔਰ ਵਿਧਾਨਕ ਕਾਰਜ ਦੂਜੀ ਸਿਟਿੰਗ ਵਿੱਚ ਕੀਤੇ ਜਾਣਗੇ। ਪੰਜਾਬ ਕੈਬਨਿਟ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। मार्च महीने में विधान सभा का पिछला इजलास होया सी ते 6 महीने के अंदर 4 सितंबर तो पहला इजलास बुलाना जरूरी सी। इस दे चलदे एक दिन का इजलास जिहड़ा 28 अगस्त को होएगा, जिस विच दो सिटिंग होणगियां। एक विच विछड़ी अगुआं नूं श्रद्धांजलि, जिहड़ी कि परंपरा हुंदी है कोई भी इजलास जदों शुरू हुंदा है उस परंपरा नूं निभाउण तों बाद एडजर्न किया जाएगा, और उस तों बाद दूजी सिटिंग जिहड़ी है फिर तो बुलाई जाएगी, और उसे दिन विधानिक कार्य जड़े ने कई बिल जड़े पास होने ने पास करवाए जाएंगे।